ਅਸੀਂ ਇਸ ਮੈਰੀ ਪੋਜ਼ਾ ਗੁਰਦੁਆਰੇ ਦੀਵਾਲੀ ਦੀ ਫੰਕਸ਼ਨ ਮਨਾ ਰਹੇ ਹਾਂ ਅਤੇ ਬਹੁਤ ਇਕੱਠ ਹੋਇਆ, ਬਹੁਤ ਸੰਗਤ ਆਈ ਹੈ, ਸਭ ਇੰਜੋਏ ਕਰ ਰਹੇ ਨੇ ਅਤੇ ਇਹਨੂੰ ਅਸੀਂ ਦੀਵਾਲੀ ਸਮਝ ਕੇ ਮਨਾ ਰਹੇ ਹਾਂ, ਬੰਦੀ ਛੋੜ ਦਿਵਸ ਸਮਝ ਨਹੀਂ ਮਨਾ ਰਹੇ। ਬੰਦੀ ਛੋੜ ਦਿਵਸ ਜਿਹੜਾ ਨਾ ਉਹਦੀ ਮਹੱਤਤਾ ਹੋਰ ਹੈ। ਵੇਖੋ ਰੌਣਕਾਂ ਲੱਗੀਆਂ ਜੀ, ਬਹੁਤ ਸੰਗਤਾਂ ਆਨੰਦ ਮਾਣ ਰਹੀਆਂ, ਹਾਂਜੀ ਅੰਦਰ ਸ਼ਬਦ ਦਾ ਲੰਗਰ ਚੱਲ ਰਿਹਾ, ਬਾਹਰ ਜਿਵੇਂ ਤਨ ਦਾ ਲੰਗਰ ਤੇ ਅੰਦਰ ਮਨ ਦਾ ਲੰਗਰ ਚੱਲ ਰਿਹਾ। ਅੰਦਰ ਵੀ ਸੰਗਤਾਂ ਭਰਪੂਰ ਹੈ ਤੇ ਬਾਹਰ ਵੀ ਭਰਪੂਰ ਹੈ। ਚਲੋ ਤੁਹਾਨੂੰ ਅੰਦਰ ਸੁਣਾਂਗੇ ਜਾ ਕੇ। ਥੈਂਕ ਯੂ। ਆ ਸੰਗਤ ਨੂੰ ਇਹੀ ਕਹਿੰਦੇ ਹਾਂ, ਹਰ ਭਜਨ ਪਰਬ ਤਿਉਹਾਰ 'ਤੇ ਆਪਣੇ ਜਿਹੜੇ ਸਾਡੇ ਗੁਰੂਆਂ ਦੇ ਜਿਹੜੇ ਹੈਗੇ ਆ ਅਤੇ ਉਦੋਂ ਸਾਰੇ ਇਕੱਠੇ ਹੋਣ ਅਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ, ਨਾਲ ਬੱਚਿਆਂ ਨੂੰ ਜ਼ਰੂਰ ਨਾਲ ਡਾਕੇ ਹੋਣ। ਬੱਚੇ ਹੀ ਸਾਡੀ ਪਨੀਰੀ ਆ ਅਤੇ ਇਹਨਾਂ ਨੇ ਸਾਰਾ ਟੇਕ ਓਵਰ ਕਰਨਾ। ਅੱਜ ਅਸੀਂ ਦੇਖਦੇ ਰਹਿੰਦੇ ਹਾਂ, ਇਹ 'ਚ ਕਾਫੀ ਬੱਚੇ ਆਉਂਦੇ ਆ, ਯੰਗ ਮੁੰਡੇ ਵੀ ਆਉਂਦੇ ਆ, ਆ ਕੇ ਸੇਵਾ ਬਹੁਤ ਕਰਦੇ ਆ। ਅੱਗੇ ਸੇਵਾ ਨਹੀਂ ਕਰਨੀ ਮੰਗਦੇ ਸੀ, ਅੱਜ ਕੱਲ੍ਹ ਸੇਵਾ ਬਹੁਤ ਕਰ। ਤੁਸੀਂ ਕੁਛ ਕਹਿਣਾ ਪੈਣਾ ਤੁਹਾਨੂੰ? ਬਲਬੀਰ ਸਿੰਘ ਨੇ ਕਹੋ ਸਾਰਿਆਂ ਨੂੰ ਹੈਪੀ ਦੀਵਾਲੀ। ਥੈਂਕ ਯੂ ਜੀ, ਤੁਸੀਂ ਇੰਨੇ ਬਹੁਤ ਕੀਤਾ।
ਸਾਧੂ।